ਕਰਕੇ ਉਧਰ ਜਾਓ ਕਰੀ ਉਧਰ ਜਾਓ ਇਸ ਕਰਕੇ ਇਹਨਾਂ ਨੂੰ ਆਹ ਵਾਲੀਆਂ ਗੇਮਾਂ ਲੇਟ ਸਮਝ ਆਉਂਦੀਆਂ ਸੋ ਇਹਨਾਂ ਦੇ ਲਈ ਪ੍ਰੋਗਰਾਮ ਹੈ ਔਰ ਇਹਦੀ ਮੰਮੀ ਵੀ ਬਹੁਤ ਅੱਛੀ ਹੈ ਇਹ ਮੇਕਅਪ ਆਰਟਿਸਟ ਹੈ ਦੀ ਮੰਮੀ ਸੋ ਸਾਡੀ ਰੂਬੀ ਤੇ ਸਾਡੀ ਸਾਰੀ ਟੀਮ ਨੱਚਣ ਵਾਲੇ ਦੀ ਅੱਡੀ ਮਨੰਦੀ ਕੌਣ ਵਾਲੇ ਦਾ ਮੂਡ ਬੋਲੀ ਮੈਂ ਪਾਵਾਂ ਨੱਚਦੇ ਇਹਨਾਂ ਨੂੰ ਤੀਆਂ ਤਾਰ ਨਹੀਂ ਪਤਾ ਆਪਾਂ ਨੂੰ ਇਹ ਵੀ ਕਰ ਸਕਦਾ ਪੁਰਾਣੇ ਮਾਂ ਦੀ ਕਿੱਟੀ ਪਾਰਟੀ ਜਿਹੜੀ ਬੁੜੀਆਂ ਇਕੱਠੀਆਂ ਹੁੰਦੀਆਂ ਪਹਿਲੇ ਇਕੱਠੀਆਂ ਹੋ ਕੇ ਮੰਨਦੇ ਆ ਜੀ ਜਿਵੇਂ ਪੰਜਾਬੀ ਸੂਟ ਵੂਟ ਪਾ ਕੇ ਉਹਨੂੰ ਆਪਾਂ ਕਹਿੰਦੇ ਪੰਜਾਬੀ ਦਾ ਤੀਆਂ ਤਿਉਹਾਰ ਅੱਜ ਕੱਲ੍ਹ ਦੀ ਮਾਡਲ ਜਵਾਨ ਦੀ ਕੁੜੀਆਂ ਬੈਠ ਕੇ ਕਿੱਟੀ ਪਾਰਟੀ ਕਰਦੇ ਚਾਹ ਪੀਂਦੇ ਪਤਾ ਨਹੀਂ ਕਿਆ ਕਰਦੀਆਂ ਨੇ ਉਹਦੇ ਵਾਰ ਪਰ ਪਤਾ ਆਪਾਂ ਕਿਉਂਕਿ ਗਏ ਨਹੀਂ ਲੇਡੀਜ਼ ਜਾਂਦੀ ਉਸ 'ਚ ਇਕੱਲੀਆਂ ਚਲੋ ਫਟਾਫਟ ਪਾਰਲਰ ਪਹੁੰਚਦੇ ਅਤੇ ਹੁਮੇਰ ਤਿਆਰ ਹੋ ਰਹੇ ਨੇ ਫਿਰ ਆਪਾਂ ਚੱਲਦੇ ਹਾਂ ਅੱਗੇ ਹੋਟਲ 'ਚ ਜਿੱਥੇ ਮੇਨ ਮਨਾਇਆ ਜਾ ਰਿਹਾ ਆਪਣਾ ਤੀਆਂ ਤਿਉਹਾਰ Do subscribe me, my YouTube channel is the Chima Vlogs. हमारे यहाँ ऐसे ही करते हैं क्यों ये तो आड़ी है बुड्ढी बस कर प्यार होए नहीं फोटो देना ਉੱਥੇ ਵੀ ਫੋਟੋਆਂ ਇੱਥੇ ਵੀ ਫੋਟੋਆਂ ਪਿਛਲੀ ਵਾਰ ਇਹ ਬੰਦਾ ਵੀ ਗਿਆ ਸੀ ਐਕਟਿਵ ਇੱਥੇ ਮਿਸ ਨਹੀਂ ਹੈ ਬਣਾ ਲਿਆ ਇਹ ਦੂਜੀ ਵਾਰ ਫਿਰ ਜਾ ਰਿਹਾ ਹਾਂ ਚਲੋ ਮੈਂ ਬਸ ਸਾਰਿਆਂ ਨੂੰ ਆਪਾਂ ਚੱਲੇ ਚੂੜੀਆਂ ਤਾਂ ਦੇਖੋ ਹੋਏ ਮੌਸਮ ਕਿੰਨਾ ਪਿਆਰਾ ਹੋਇਆ ਪਿਆ ਗੱਡੀ ਚੱਕਦੇ ਤੇ ਆਪਾਂ ਚੱਲਦੇ ਹਾਂ ਉਹਨਾਂ ਪਤਾ ਨਹੀਂ ਬਸ ਆ ਜੀ ਕਰੇਗਾ ਇਹ ਦੇਖੀ ਵਿਹਲੇ ਬੰਦੇ ਕੰਮ ਕਾਰ ਹੈ ਨਹੀਂ ਇਹਨਾਂ ਨੂੰ ਕੋਈ ਆਏ ਓਏ ਸੀਟ ਪਿੱਛੇ ਕਰਨੀ ਪਏਗੀ ਜੰਦ ਵਿੱਚ ਹੀ ਹੈ ਤਿਉਹਾਰ ਮਨਾਉਣ ਤੇ ਮੀਂਹ ਦੇਖੋ ਰਸਤੇ 'ਚ ਰਾਜਪੁਰ ਜਮਾਂ ਨਹੀਂ ਵੀ ਪੈ ਰਿਹਾ ਇੱਥੇ ਤੇਜ਼ ਇਕਦਮ ਰਾਜਪੁਰ ਸਾਈਡ ਬੜਾ ਘੱਟ ਪੈ ਰਿਹਾ ਅੱਜ ਲਾਸਟ ਆ ਗਿਆ ਚਲੋ ਗਾਈਸ ਪਹਿਲੇ ਤੇਲ ਪਵਾਉਂਦੇ ਗੱਡੀ ਕਿਉਂਕਿ ਤੇਲ ਬਹੁਤ ਘੱਟ ਹੈ ਫਿਰ ਉਸ ਬਾਅਦ ਤੁਹਾਨੂੰ ਸਿੱਧਾ ਰੈਸਟੋਰੈਂਟ ਜਾ ਕੇ ਮਿਲਾਂਗੇ ਹੁਣ ਜਿੱਥੇ ਮਨਾਇਆ ਜਾ ਰਿਹਾ ਆਪਣਾ ਤੀਜ ਦਾ ਤਿਉਹਾਰ ਫਿਲਹਾਲ ਆਪਾਂ ਪਹੁੰਚ ਗਏ ਸੀ ਬਾਹਰ ਮੀਂਹ ਬਹੁਤ ਤੇਜ਼ ਪੈ ਰਿਹਾ ਹੁਣ ਭੱਜ ਕੇ ਜਾਣਾ ਹੋਵੇ ਫਟਾਫਟ ਆਪਣਾ ਉਤਰੀਏ ਅਤੇ ਭੱਜੀਏ ਜਾਣ ਤੱਕ ਕਿੱਲੇ ਹੋ ਜਾਣਗੇ ਇੱਥੋਂ
ਐਸੇ ਹੱਥ ਵੀ ਪਾਉਣੇ ਆ। ਸੋ ਸਕਲੈਪਿੰਗ ਜ਼ਰੂਰ ਕਰਿਆ ਕਰੋ। ਦੇਖੋ ਆਪਾਂ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਕਰਕੇ ਰੱਖਿਆ ਔਰ ਤੁਹਾਡਾ ਹੀ ਪ੍ਰੋਗਰਾਮ ਹੈ। ਸਿਰਫ ਇਹਦੇ ਵਿੱਚ ਸਿਰਦਰਦੀ ਸਾਡੀ ਜ਼ਰੂਰ ਹੈ ਪਰ ਪ੍ਰੋਗਰਾਮ ਇਹ ਤੁਹਾਡਾ ਹੈ ਕਿਉਂਕਿ ਤੁਹਾਡੇ ਵਰਗੀਆਂ ਸੋਹਣੀਆਂ ਸੋਹਣੀਆਂ ਮੁਟਿਆਰਾਂ ਸਪੈਸ਼ਲ ਅਸੀਂ ਤਿਆਰ ਹੋ ਕੇ ਆਈਆਂ ਨੇ ਤਾਂ ਸਾਨੂੰ ਇਹ ਹੈ ਕਿ ਤੁਸੀਂ ਸਾਰਿਆਂ ਨੇ ਇੰਜੋਏ ਕਰਨਾ। ਸੋ ਸਾਡੇ ਵਿੱਚ ਨਾਜ਼ ਮੇਕਓਵਰ, ਮੈਂ ਉਹਨਾਂ ਨੂੰ ਵੈਲਕਮ ਕਰਾਂਗੀ ਅਤੇ ਉਹਨਾਂ ਦਾ ਮੇਕਅਪ ਸਟੂਡੀਓ ਹੈ, ਉਹਨਾਂ ਨੇ ਬਹੁਤ ਹੀ ਅੱਛੀ ਇੱਕ ਮਾਡਲ ਨੂੰ ਤਿਆਰ ਕਰਕੇ ਆਏ ਨੇ ਉਹ। ਅਤੇ ਨਾਲ ਹੀ ਨਾਲ ਸਾਡੇ ਵਿੱਚ ਫਸਟ ਸਟੈਪ ਸਕੂਲ ਦੇ ਪ੍ਰਿੰਸੀਪਲ ਮਿਸਿਸ ਸੋਨੀਆ ਜੋਸ਼ੀ, ਪਲੀਜ਼ ਇੱਕ ਵਾਰ ਖੜ੍ਹੇ ਹੋ ਜਾਣ, ਉਹਨਾਂ ਦੇ ਨਾਮ 'ਤੇ ਵੀ ਕਲੈਪਿੰਗ ਕੱਢ ਕੇ ਆਏ ਨੇ। ਸੋ ਮੈਂ ਤੁਹਾਨੂੰ ਇੱਕ ਵਾਰ ਆਪਣੇ ਜੱਜਿਸ ਬਾਰੇ ਵੀ ਦੱਸ ਦੇਵਾਂ। ਸੋ ਸਾਡੇ ਅੱਜ ਦੇ ਜਿਹੜੇ ਮਹਿਮਾਨ ਨੇ ਉਹ ਹੈਗੇ ਨੇ ਲੁਧਿਆਣਾ ਦੇ ਸੈਸ਼ਨ ਜੱਜ ਨਵਨੀਤ ਕੌਰ। ਸੋ ਉਹਨਾਂ ਦੇ ਲਈ ਬਾਹਰ ਸਾਰੀ ਫੋਰਸ ਲੱਗ ਚੁੱਕੀ ਹੈ। ਜਦੋਂ ਸਾਡੇ ਵਿੱਚ ਪਹੁੰਚ ਕੇ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਾਂਗੇ, ਉਹ ਤੋਂ ਪਹਿਲਾਂ ਜਿਹੜੀਆਂ ਵੀ ਭੈਣਾਂ ਨੇ ਸਾਨੂੰ ਨਹੀਂ ਦੱਸਿਆ ਕਿ ਸਾਡੀ ਪਰਫਾਰਮੈਂਸ ਹੈ ਅਤੇ ਸੋ ਉਹ ਤੋਂ ਪਹਿਲਾਂ ਆਪਣੀ ਪਰਫਾਰਮੈਂਸ ਸ਼ੁਰੂ ਕਰ ਸਕਦੇ ਨੇ। ਉਹ ਤੋਂ ਬਾਅਦ ਆਪਾਂ ਸਾਰਿਆਂ ਨੇ ਗਿੱਧਾ ਪਾਉਣਾ। ਦੇਖੋ ਲੁਧਿਆਣਾ ਤੋਂ ਸਾਡੇ ਰਾਜਪੁਰਾ ਦੇ ਵਿੱਚ ਆ ਰਹੇ ਨੇ। ਸੋ ਮੈਂ ਚਾਹੁੰਦੀ ਹਾਂ ਕਿ ਆਪਾਂ ਸਾਰਿਆਂ ਨੇ ਉਹਨਾਂ ਦਾ ਵੈਲਕਮ ਕਰਨਾ ਹੈ। ਜਦੋਂ ਸਾਡੇ ਵਿੱਚ ਪਹੁੰਚ ਗਏ, ਜੱਜ ਦਾ ਅਹੁਦਾ ਕਹਿੰਦੇ ਨੇ ਬਹੁਤ ਉੱਚਾ ਹੁੰਦਾ, ਜਦੋਂ ਸਾਡੇ ਵਿੱਚ ਪਹੁੰਚ ਗਏ ਆਪਾਂ ਸਾਰਿਆਂ ਨੇ ਉਹਨਾਂ ਦਾ ਵੈਲਕਮ ਕਰਨਾ ਹੈ ਔਰ ਸਾਰਿਆਂ ਨੇ ਇੰਜੋਏ ਕਰਕੇ ਉਹਨਾਂ ਨੂੰ ਦੱਸਣਾ ਕਿ ਵਾਕਈ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ। ਠੀਕ ਹੈ ਨਾ ਸੰਦੀਪ ਜੀ? ਸੋ ਮੇਰੀ ਤੁਹਾਡੇ ਸਾਰਿਆਂ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਸਾਰਿਆਂ ਨੇ ਇੰਜੋਏ ਕਰਨਾ ਹੈ ਜੀ। ਪ੍ਰੋਗਰਾਮ ਇਕੱਲਾ ਸਾਡਾ ਨਹੀਂ ਹੈਗਾ, ਇਹ ਸਾਡਾ ਪ੍ਰੋਗਰਾਮ ਤੁਹਾਡੇ ਸਾਰਿਆਂ ਦੇ ਨਾਲ ਹੈ। ਜਦੋਂ ਤੁਸੀਂ ਜਦੋਂ ਮੈਂ ਪੀਐਨਬੀ ਬੈਂਕ ਚ ਗਈ ਨਾ ਸੰਦੀਪ ਜੀ, ਜੀ ਜੀ ਮੈਂ ਉੱਥੇ ਮੇਰੇ ਹਸਬੈਂਡ ਨੇ ਤੇ ਮੈਂ ਇੱਕ ਯੰਗਸਟਰ ਮੈਨੇਜਰ ਮਿਸਟਰ ਪੁਨੀਤ ਵਰਮਾ ਨੂੰ ਕੰਮ ਕਰਦੇ ਵੇਖਿਆ। ਉਹਨਾਂ ਨੇ ਮਤਲਬ ਆਪਣੀ ਸੀਟ ਤੋਂ ਉੱਠ ਕੇ, ਮਤਲਬ ਹਰ ਬਜ਼ੁਰਗ ਦਾ, ਹਰ ਬੱਚੇ ਦਾ, ਜਿੱਦਾਂ ਦਾ ਵੀ ਕੋਈ ਕੰਮ ਸੀ ਉਹਨਾਂ ਨੇ ਉਹਨਾਂ ਦਾ ਕੰਮ ਆਪਣੀ ਸੀਟ ਤੋਂ ਉੱਠ ਕੇ ਕੀਤਾ। ਮੈਨੂੰ ਲੱਗਦਾ ਕਿ ਇੱਦਾਂ ਦੇ ਇਮਾਨਦਾਰ ਆਫਿਸਰ ਅਗਰ ਸਾਡੇ ਸ਼ਹਿਰ ਵਿੱਚ ਹੁੰਦੇ ਨੇ ਤਾਂ ਸਾਡੇ ਸ਼ਹਿਰ ਦੇ ਵਿੱਚ ਚਾਰ ਚੰਨ ਲੱਗ ਜਾਣਗੇ। ਸੋ ਅੱਜ ਆਪਾਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਅਤੇ ਆਪਾਂ ਨੂੰ ਇਹ ਲੱਗਦਾ ਕਿ ਅਸੀਂ ਉਹਨਾਂ ਨੂੰ ਬੈਸਟ ਸਨ ਦਾ ਅਵਾਰਡ ਦੇ ਰਹੇ ਹਾਂ, ਬਟ ਮੈਨੂੰ ਲੱਗਦਾ ਪੰਜਾਬ ਦੇ ਪੁੱਤਰ। ਸੋ ਹਿਪ ਹਿਪ ਮਿਸਟਰ ਪੁਨੀਤ ਵਰਮਾ ਇੱਕ ਵਾਰ ਸਾਡੇ ਵਿੱਚ ਆ ਜਾ ਤੇ ਸਾਡੇ ਬਹੁਤ ਹੀ ਅਜ਼ੀਜ਼ ਵੀਰ ਮੀਡੀਆ ਤੋਂ ਸਾਡੇ ਮਹਿਮਾਨ ਜਿਹੜੇ ਮੁੱਖ ਮਹਿਮਾਨ ਨੇ ਉਹਨਾਂ ਦੇ ਨਾਮ ਤੇ ਤਾਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਹੈ ਜੀ। ਇਹ ਸਾਡੇ ਪੀਐਨਬੀ ਬੈਂਕ ਦੇ ਮੈਨੇਜਰ ਨੇ ਔਰ ਇਹਨਾਂ ਦੀ ਪੁੱਤ ਵੀ ਬਹੁਤ ਵੱਡੀ ਹੈ ਜਿਹੜੀ ਮੈਨੂੰ ਕਈ ਵਾਰ ਭੁੱਲ ਜਾਂਦੀ ਹੈ ਦੱਸਣੀ, ਕਿਉਂਕਿ ਮੈਂ ਇਹ ਮੈਨੂੰ ਭਾਬੀ ਜੀ ਕਹਿੰਦੇ ਨੇ। ਇੰਨਾ ਕੁ ਵਧੀਆ ਨੇਚਰ ਔਰ ਮੈਨੂੰ ਲੱਗਦਾ ਇੱਦਾਂ ਦੇ ਇਮਾਨਦਾਰ ਆਫਿਸਰ ਜਦੋਂ ਸਾਡੇ ਸ਼ਹਿਰ ਵਿੱਚ ਆਉਂਦੇ ਨੇ ਤਾਂ ਉਹ ਸ਼ਹਿਰ ਹਮੇਸ਼ਾ ਤਰੱਕੀ ਕਰਦਾ। ਸੋ ਅੱਜ ਤੀਆਂ ਦੇ ਫੰਕਸ਼ਨ 'ਤੇ ਅਸੀਂ ਇਹਨਾਂ ਨੂੰ ਸਪੈਸ਼ਲ ਬੁਲਾਇਆ ਅਤੇ ਅੱਜ ਅਸੀਂ ਇਹਨਾਂ ਦਾ ਸਨਮਾਨ ਵੀ ਕਰਨਾ ਹੈ ਔਰ ਆਪਾਂ ਸਾਰੀਆਂ ਭੈਣਾਂ ਨੇ ਰਲ ਮਿਲ ਕੇ ਜਿਹੜਾ ਵੀ ਤੀਆਂ ਦਾ ਸੁਨੇਹਾ ਇਹਨਾਂ ਦੇ ਜ਼ਰੀਏ ਆਪਾਂ ਮੀਡੀਆ ਨੂੰ ਦੇਣਾ ਤਾਂ ਕਿ ਲੋਕਾਂ ਦੇ ਵਿੱਚ ਇੱਕ ਅੱਛਾ ਮੈਸੇਜ ਪਹੁੰਚ ਸਕੇ। ਸੋ ਮੈਂ ਦੋ ਸ਼ਬਦ ਕਹਾਂਗੀ, ਮਿਸਟਰ ਪੁਨੀਤ ਵਰਮਾ ਤੁਹਾਡੇ ਨਾਲ ਸਾਂਝੇ ਕਰਨਗੇ। ਵੈਲਕਮ। ਥੈਂਕ ਯੂ ਐਵਰੀਵਨ। ਸਭ ਤੋਂ ਪਹਿਲਾਂ ਤਾਂ ਥੈਂਕਸ ਜੱਸੀ ਭਾਬੀ ਜੀ ਦਾ ਸਾਡੇ, ਜਿਨ੍ਹਾਂ ਨੇ ਮੈਨੂੰ ਤੁਹਾਡੇ ਵਿੱਚ ਇੱਥੇ ਆਉਣ ਦਾ ਮੌਕਾ ਦਿੱਤਾ। ਅਤੇ ਮੈਂ ਵੈਸੇ ਤਾਂ ਸੋਚ ਰਿਹਾ ਸੀ ਵੀ ਸ਼ਾਇਦ ਮੈਂ ਆਪਣੀ ਵਾਈਫ ਦੇ ਨਾਲ ਇੱਥੇ ਆ ਸਕਦਾ, ਬਟ ਡਿਊ ਟੂ ਸਮ ਫੈਮਿਲੀ ਐਮਰਜੈਂਸੀ ਅਸੀਂ ਨਹੀਂ ਆ ਸਕਦੇ ਸੀਗੇ, ਮੇਰੇ ਵਾਈਫ ਨਹੀਂ ਆ ਸਕਦੇ ਸੀਗੇ। ਅਤੇ ਬੜਾ ਹੀ ਅੱਛਾ ਲੱਗ ਰਿਹਾ ਇੱਥੇ ਆ ਕੇ, ਅਤੇ ਅਸਲੀ ਸਾਉਂਡ ਤਾਂ ਅੱਜ ਹੀ ਜਿਹੜਾ ਬਾਹਰ ਆਪਾਂ ਨੂੰ ਦਿਖ ਰਿਹਾ।
ਕਲੈਪਿੰਗ ਕਰ ਰਹੇ ਹੋ ਜੀ, ਕਿਉਂਕਿ ਸੌਣ ਦਾ ਮਜ਼ਾ ਉਦੋਂ ਤੱਕ ਨਹੀਂ ਹੁੰਦਾ ਜਦ ਤੱਕ ਸੌਣ ਦੀ ਝੜੀ ਨਹੀਂ ਲੱਗਦੀ, ਤੇ ਹਲੇ ਤੱਕ ਸੌਣ ਦੇ ਵਿੱਚ ਐਦਾਂ ਦੀ ਝੜੀ ਲੱਗੀ ਨਹੀਂ ਸੀ ਜਿਹੜੀ ਅੱਜ ਲੱਗ ਗਈ ਹੈ, ਤੇ ਬਹੁਤ ਹੀ ਅੱਛਾ ਲੱਗ ਰਿਹਾ। ਤੇ ਬਾਕੀ ਜੋ ਵੀ ਤੁਹਾਡਾ ਸੁਨੇਹਾ ਹੋਏਗਾ, ਜੋ ਤੁਹਾਡਾ ਇਹ ਤੀਆਂ ਦਾ ਤਿਉਹਾਰ ਹੈ ਉਹ ਤੁਸੀਂ ਮਨਾਓ, ਤੇ ਮੈਨੂੰ ਜਿਵੇਂ ਵੀ ਜੱਸੀ ਭਾਬੀ ਜੀ ਜੋ ਵੀ ਡਿਊਟੀ ਲਗਾਉਣਗੇ ਉਦਾਂ ਅਸੀਂ ਕਰਦੇ ਰਹਾਂਗੇ। ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਇੱਦਾਂ ਦੇ ਮਹਿਮਾਨ ਆਏ ਨੇ। ਕੋਈ ਵੀ ਜੋ ਸਰਕਾਰੀ ਜੌਬ ਤੇ ਨੇ, ਹਾਊਸ ਵਾਈਫ ਨੇ, ਮੈਂ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਸੁਣੇ ਸੋ ਸਾਰੀਆਂ ਪੰਜਾਬਣਾ ਇੱਕ ਵਾਰ ਆ ਜਾਓ ਸਟੇਜ ਤੇ। ਮੇਰੇ ਵਿੱਚ ਪੰਜਾਬ ਪੁਲਿਸ ਤੋਂ ਗੁਰਸ਼ਰਨ ਐਂਡ ਕੁਲਜੀਤ, ਇਹਨਾਂ ਦੇ ਨਾਮ ਵੀ ਪਲੀਜ਼ ਇੱਕ ਵਾਰ ਤਾੜੀ ਲਾ ਦਿਓ। ਇਹ ਸਪੈਸ਼ਲ ਆਈਡੀ ਦੇਖੋ ਐਡੀ ਪ੍ਰਸਾਦ ਦੇ ਵਿੱਚ ਮਨਪ੍ਰੀਤ ਕ੍ਰਾਈਮ ਬ੍ਰਾਂਚ ਸੀਆਈਡੀ ਜੋ ਥੋੜੇ ਲੇਟ ਆਏ ਨੇ, ਸਾਡੇ ਸਭ ਤੋਂ ਵਧੀਆ ਪਰਫਾਰਮਰ ਨੇ ਉਹ, ਤੇ ਉਹ ਥੋੜੇ ਲੇਟ ਹੋ ਚੁੱਕੇ ਨੇ ਕ੍ਰਾਈਮ ਬ੍ਰਾਂਚ ਤੋਂ ਨੇ ਸੀਆਈਡੀ ਤੋਂ। ਅੱਜ ਮੈਮ ਦਾ ਬੇਟਾ ਠੀਕ ਨਾ ਹੋਣ ਕਰਕੇ ਉਹ ਵਿਚਾਰੇ ਲੇਟ ਹੋ ਗਏ ਨੇ, ਨਹੀਂ ਤਾਂ ਉਹਨਾਂ ਦਾ ਬਹੁਤ ਸਟਰੋਂਗ ਸੀਗਾ। ਹਾਂਜੀ ਮਨਪ੍ਰੀਤ ਜੀ, ਪਹਿਲਾਂ ਹੀ ਲੇਟ ਹੋ, ਆ ਜਾਓ ਜਲਦੀ ਜਲਦੀ। ਕੁੜੀਏ ਜਾਂਦੀ ਕੁੜੀਏ ਕੁੜੀ ਕਾਲੂ ਪਾਵੇ ਨੀ ਕਾਲੀ ਕਾਲੀ ਪੈਣ ਕਾਸ਼ ਮੈਂ ਕਿਨਾ ਲੱਗੀ ਅੱਜ ਪਲ ਦੀ
ਵਜ੍ਹਾ ਨਿੱਕੀ ਹੀ ਹੋਵੇ ਭਾਵੇਂ ਮਨਾਉਣਾ ਉਹ ਹਰ ਦਿਨ ਚਾਵੇ ਅੰਦਰ ਦੇ ਅਹਿਸਾਸ ਦਬ ਦਬ ਰੱਖਣ ਆਪਣੇ ਆਪ ਨੂੰ ਬੰਨ ਕੇ ਰੱਖਣ ਸਜਣਾ ਸਵਰਨਾ ਕੁੜੀਆਂ ਨਹੀਂ ਹੁੰਦਾ ਫਿਰ ਵੀ ਸਮਾਜ ਨੂੰ ਇਹ ਸਭਨਾ ਪਾਉਂਦਾ ਅੱਜ ਵੀ ਬਹੁਤੀਆਂ ਕਿਤੇ ਜਾ ਨਹੀਂ ਪਾਉਂਦੀਆਂ ਆਪਣੇ ਆਪ ਲਈ ਵੀ ਘਬਰਾਉਂਦੀਆਂ ਜੋ ਸਮਾਜ ਨੂੰ ਚਲਾਉਂਦੀ ਹੈ ਉਹ ਦੂਜਿਆਂ ਤੋਂ ਘਬਰਾਉਂਦੀ ਹੈ ਬਿਨਾਂ ਗੁਨਾਹ ਦੇ ਬਹੁਤ ਕੁਝ ਸਹਿ ਜੇ ਬਜਾ ਰਹਿ ਜੇ ਇੱਕ ਲਫ਼ਜ਼ ਵੀ ਕਹਿ ਜੇ ਕਈ ਵਾਰ ਗਲਤੀਆਂ ਹੋ ਵੀ ਜਾਂਦੀਆਂ ਕਿਉਂ ਨਹੀਂ ਇਹ ਮਾਫ਼ੀ ਦਾ ਹੱਕਦਾਰ ਕਹਾਉਂਦੀਆਂ ਆਜ਼ਾਦੀ ਵਾਲਾ ਦੇਸ਼ ਹੈ ਕਹਿੰਦੇ ਫਿਰ ਵੀ ਔਰਤ ਨੂੰ ਦੱਬਦੇ ਰਹਿੰਦੇ ਇਹ ਕੁੜੀਆਂ ਦੇ ਘਰ ਨਹੀਂ ਹੁੰਦੇ ਆਪਣੇ ਤਾਂ ਬਸ ਆਪਣੇ ਹੁੰਦੇ ਕੱਪੜੇ ਪੂਰੇ ਵੀ ਪਾ ਕੇ ਦੇਖੇ ਫਿਰ ਵੀ ਹੈਵਾਨੀਅਤ ਸਭ ਤੋਂ ਉੱਤੇ ਰਜਨੀਤ ਰੱਬ ਵੀ ਬੈਠਾ ਹੈਰਾਨ ਹੋ ਜਾਂਦਾ ਬੈਠਾ ਸੋਚੀ ਪਰੇਸ਼ਾਨ ਹੋਈ ਜਾਂਦਾ ਹੁਣ ਉਹ ਐਵੇਂ ਦਾ ਕੀ ਬਣਾਵੇ ਜਿਸ ਨਾਲ ਸਭ ਨੂੰ ਇਨਸਾਨੀਅਤ ਯਾਦ ਆਵੇ ਜਿਸ ਨਾਲ ਸਭ ਨੂੰ ਇਨਸਾਨੀਅਤ ਯਾਦ ਆਵੇ ਧੰਨਵਾਦ ਜੱਸੀ ਅੱਗੇ ਆ ਜਾਓ ਸੋਹਣੀ ਨਾਰੀ ਉਮਰਾਂ ਦਾ ਗਹਿਣਾ ਮੁੰਡੇ
ਖੂਬਸੂਰਤ ਮੇਰੇ ਵੱਲੋਂ ਨਿੱਘੀ ਗਿਆ ਬਹੁਤ ਖੂਬਸੂਰਤ ਬਣ ਗਿਆ ਜੱਸ ਸਾਹਿਬ ਦੇ ਆਉਣ ਨਾਲ ਬਹੁਤ ਬਹੁਤ ਸ਼ੁਕਰੀਆ ਸਾਡੇ ਆਂਟੀ ਜੀ ਦੇ ਨਾਲ ਬਹੁਤ ਬਹੁਤ ਮੋਸਟ ਵੈਲਕਮ ਮੈਂ ਤੁਹਾਡਾ ਇੱਕ ਗੀਤ ਸੁਣਾਉਣ ਲੱਗਾ ਤੁਹਾਨੂੰ ਦੋਨੋਂ ਦੇ ਦਿੰਦੇ ਹਾਂ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਏ ਹੋ ਲੈ ਨਾ ਮੇਰੇ ਯਾਰਾ ਸੌਦਾ ਸਸਤਾ ਏ ਜੋ ਕੁਝ ਮੇਰੇ ਕੋਲ ਲੁਟਾ ਕੇ ਮੁੜ ਜਾਣਾ ਏ ਸਾਰੇ ਦਾ ਸਾਰਾ ਸੌਦਾ ਸਸਤਾ ਏ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਸੱਚ ਦੇ ਆਸ਼ਿਕ ਫੇਰ ਵੀ ਇਹ ਗੱਲ ਕਹਿੰਦੇ ਨੇ ਸੱਚ ਦੇ ਆਸ਼ਿਕ ਫੇਰ ਵੀ ਇਹ ਗੱਲ ਕਹਿੰਦੇ ਨੇ ਜਦ ਚੱਲਦਾ ਸਿਰ ਤੇ ਆਰਾ ਸੌਦਾ ਸਸਤਾ ਏ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਹੋ ਪਿੰਗ ਝੂਠ ਦੀ ਸੋਹਣੀ ਆਖੇ ਝੂਠ ਦੀ ਸੋਹਣੀ ਆਖੇ ਰਾਹੀ ਨੂੰ ਵੇ ਮੈਨੂੰ ਦੇ ਜਾ ਇੱਕ ਹੁਲਾਰਾ ਸੌਦਾ ਸਸਤਾ ਏ ਹੋ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਰੋਂਦਾ ਰੋਂਦਾ ਬੱਚਾ ਹੱਸਣ ਲੱਗ ਪਊਗਾ ਲੱਗ ਪਊਗਾ ਹੋਏ ਉਹਨੂੰ ਲੈ ਦੇ ਹੋ ਇੱਕ ਗੁਬਾਰਾ ਸੌਦਾ ਸਸਤਾ ਏ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਏ ਉਹ ਦੁਨੀਆ ਛੱਡਣ ਤੋਂ ਪਹਿਲਾਂ ਕਿਸੇ ਪਰਦੇਸੀ ਨੂੰ ਹੋ ਦੁਨੀਆ ਛੱਡਣ ਤੋਂ ਪਹਿਲਾਂ ਕਿਸੇ ਪਰਦੇਸੀ ਨੂੰ ਮੁੜ ਮਿਲ ਜੇ ਵਤਨ ਦੁਬਾਰਾ ਸੌਦਾ ਸਸਤਾ ਏ ਕਹਿੰਦਾ ਏ ਬਣ ਜਾਣਾ ਸੌਦਾ ਸਸਤਾ ਏ ਜੋ ਕੁਝ ਮੇਰੇ ਕੋਲ ਲੁਟਾ ਕੇ ਮੁੜ ਜਾਣਾ ਏ ਸਾਰੇ ਦਾ ਸਾਰਾ ਸੌਦਾ ਸਸਤਾ ਏ ਤੇਰੀ ਲਾਡੋ ਅੱਜ ਛੱਡ ਚਲੀ ਬਹੁਤ ਬਹੁਤ ਧੰਨਵਾਦ ਤੇਰਾ ਮੈਨੂੰ ਦਿੱਤਾ ਜਿੰਨਾ ਪਿਆ ਗੁੱਡੀਆਂ ਪਟੋਲੇ ਦੇਖ ਕੇ ਬਾਬਲ ਗੁੱਡੀਆਂ ਪਟੋਲੇ ਦੇਖ ਕੇ ਬਾਬਲ ਢੁੱਲੇ ਨਾ ਇਹ ਅੱਖੀਆਂ ਚੋਂ ਪਾਣੀ ਘੁੱਟ ਕੇ ਕਲੇਜੇ ਨਾਲ ਯਾਦਾਂ ਲਾ ਦਵੀ ਜਦੋਂ ਯਾਦ ਆਵੇ ਤੈਨੂੰ ਤੇਰੀ ਧੀ ਰਾਣੀ ਬਾਬਲਾ ਤੀਰਾ ਸੁਣੀ ਰਾਣੀ ਥੈਂਕ ਯੂ
ਆ ਟਚਿੰਗ, ਹਰ ਇੱਕ ਦੀ ਅੱਖ ਜਿਹੜੀ ਆ ਕਿ ਨਮ ਹੋਣੀ ਆ ਇਸ ਟਾਈਮ ਇਹ ਵਾਲਾ ਸੌਂਗ ਸੁਣ ਕੇ। ਹਾਂਜੀ ਬਹੁਤ ਸੋਹਣਾ, ਬਹੁਤ ਸ਼ੁਕਰੀਆ। ਸਕੂਲਾਂ ਦੇ ਵਿੱਚ ਥਿਊਰੀ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ, ਪ੍ਰੈਕਟੀਕਲੀ ਬਹੁਤ ਘੱਟ ਹੈ।
ਜਿਹਦੇ ਨਾਲ ਬੱਚਿਆਂ ਦਾ ਥਿਊਰੀ ਦੇ ਵਿੱਚ ਜ਼ਿਆਦਾ ਹੁੰਦੇ ਆ ਬਟ ਫਿਜ਼ੀਕਲੀ ਐਕਟੀਵਿਟੀ ਘੱਟ ਜਾਂਦੀ ਹੈ। ਬਟ ਸੇਮ ਇੱਦਾਂ ਹੀ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਇੱਕ ਚੰਗੀ ਡਾਇਟ ਖਾਣਾ ਪੀਣਾ ਦੱਸਦੇ ਹੋ, ਬੱਚਿਆਂ ਦੀ ਲਾਈਫ ਸਟਾਈਲ ਵਧੀਆ ਹੋਏਗਾ, ਤੁਹਾਡੀ ਆਉਣ ਵਾਲੀ ਜਨਰੇਸ਼ਨ ਵਧੀਆ ਹੋਊਗੀ ਔਰ ਆਉਣ ਵਾਲੀ ਜਨਰੇਸ਼ਨ ਦੇ ਲਈ ਤੁਸੀਂ ਇੱਕ ਬਹੁਤ ਵਧੀਆ ਕੰਮ ਕਰ ਸਕਦੇ ਹੋ, ਰੁੱਖ ਲਗਾਓ। ਕਿਉਂਕਿ ਜੇ ਤੁਸੀਂ ਰੁੱਖ ਲਗਾਓਗੇ ਆਕਸੀਜਨ ਹੋਊਗੀ, ਇਨਵਾਇਰਮੈਂਟ ਵਧੀਆ ਹੋਊਗਾ। ਕਿਉਂਕਿ ਜਦੋਂ ਤੁਸੀਂ ਪੋਲਿਊਸ਼ਨ ਦੇ ਵਿੱਚ ਖੜਦੇ ਹੋ ਗੱਡੀ ਨੂੰ ਲੈ ਕੇ ਤਾਂ ਉਹ ਵੀ ਤੁਹਾਡੇ ਓਵਰਵੇਟ ਹੋਣ ਦਾ ਇੱਕ ਕਾਰਨ ਬਣਦਾ। ਜੇ ਤੁਸੀਂ ਹੈਲਦੀ ਡਾਇਟ ਵੀ ਲੈ ਰਹੇ ਹੋ ਬਟ ਜ਼ਿਆਦਾ ਟਾਈਮ ਪੋਲਿਊਸ਼ਨ 'ਚ ਵੀ ਰਹੋਗੇ ਤਾਂ ਵੀ ਤੁਹਾਨੂੰ ਪ੍ਰੋਬਲਮ ਆਊਗੀ। ਸੋ ਇਸ ਕਰਕੇ ਹਮੇਸ਼ਾ ਆਪਣੇ ਆਪ 'ਤੇ ਫੋਕਸ ਕਰੋ, ਹਮੇਸ਼ਾ ਆਪਣੇ ਆਪ ਦੇ ਲਈ ਐਕਸਰਸਾਈਜ਼ 'ਤੇ ਵਰਕ ਕਰੋ। ਜਿੱਦਾਂ ਤੁਸੀਂ ਅੱਜ ਸਾਰਿਆਂ ਨੂੰ ਇੱਥੇ ਇੱਕ ਵਾਰੀ ਦੁਬਾਰਾ ਹੀ ਬੋਲੂੰਗਾ ਕਿ ਹਰ ਇੱਕ ਨੇ ਡਾਂਸ ਐਕਟੀਵਿਟੀ ਜ਼ਰੂਰ ਕਰਨੀ ਹੈ ਕਿਉਂਕਿ ਉਹਦੇ ਨਾਲ ਤੁਹਾਡੀ ਐਕਸਰਸਾਈਜ਼ ਆ ਸ਼ੁਰੂ ਹੋ ਜਾਏਗੀ ਔਰ ਤੁਸੀਂ ਉਸ ਤੋਂ ਬਾਅਦ ਖਾਣਾ ਵੀ ਖਾਣਾ। ਸੋ ਤੁਸੀਂ ਆਪਣੀ ਪਹਿਲਾਂ ਕੈਲਰੀਜ਼ ਬਰਨ ਕਰੋ, ਕੈਲਰੀਜ਼ ਬਰਨ ਕਰਕੇ ਖਾਓ ਤਾਂ ਕਿ ਤੁਹਾਡੀ ਬਾਡੀ ਨੂੰ ਜਿਹੜਾ ਪ੍ਰੋਪਰ ਡਾਈਜੈਸਟ ਹੋ ਸਕੇ। ਸੋ ਥੈਂਕ ਯੂ ਵਨਸ ਅਗੇਨ, ਕਲੈਪਿੰਗ ਕਰੋ ਜਸ ਮੈਮ ਦੇ ਲਈ ਜਿਹਨਾਂ ਨੇ ਇੰਨਾ ਔਰ ਬਹੁਤ ਜ਼ਿਆਦਾ ਵਧੀਆ ਕਲੈਪਿੰਗ, ਇਸ ਤੋਂ ਵੀ ਵਧੀਆ ਹੋ ਸਕਦੀ ਹੈ, ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ ਤੁਹਾਡੀ ਸਾਰਿਆਂ ਦੀ ਕਲੈਪਿੰਗ, ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਦਿਲ ਦੀਆਂ ਨਸਾਂ ਉਹ ਖੁੱਲਣਗੀਆਂ। ਸੋ ਥੈਂਕ ਯੂ ਸੋ ਮਚ ਐਂਡ ਥੈਂਕ ਯੂ ਸੋ ਮਚ ਜਸ ਮੈਮ, ਥੈਂਕ ਯੂ। ਮੈਮ ਜਿਹੜੇ ਆਨਲਾਈਨ ਪ੍ਰੋਡਕਟ ਹੁੰਦੇ ਆ ਮੋਸਟਲੀ ਫੇਕ ਪ੍ਰੋਡਕਟ ਹੁੰਦੇ ਆ, ਕਿਉਂਕਿ ਜਿਹੜੇ ਵੀ ਤੁਹਾਨੂੰ ਹਰਬਲਾਈਫ ਦਾ ਜਿਹੜਾ ਡਿਸਕਾਊਂਟ ਲੈਵਲ ਹੈ ਉਹ ਡਿਫਰੈਂਟ ਡਿਫਰੈਂਟ ਡਿਸਕਾਊਂਟ ਲੈਵਲ ਹੁੰਦੇ ਆ। ਬਟ ਜੇ ਤੁਹਾਨੂੰ ਇੱਕ ਪਰਸਨ 60% ਜਾਂ 70% ਡਿਸਕਾਊਂਟ 'ਤੇ ਦੇ ਰਿਹਾ ਤਾਂ ਇਟ ਮੀਨਸ ਤੁਸੀਂ ਉਸ ਚੀਜ਼ ਨੂੰ ਦੇਖ ਸਕਦੇ ਹਾਂ ਕਿ ਉਹ ਕਿਵੇਂ ਹੈ। ਹਰਬਲਾਈਫ ਕਦੀ ਵੀ ਆਪਣੀ ਪ੍ਰਮੋਸ਼ਨ ਨਹੀਂ ਕਰਦੀ, ਕਦੀ ਤੁਸੀਂ ਉਹਦੀ ਐਡ ਨਹੀਂ ਦੇਖੋਗੇ, ਕਿਉਂਕਿ ਹਰਬਲਾਈਫ ਓਨਲੀ ਤੁਹਾਨੂੰ ਇੰਡੀਪੈਂਡੈਂਟ ਐਸੋਸੀਏਟ ਦੇ ਥਰੂ ਹੀ ਮਿਲੂਗੀ ਜਿਹਦੇ ਕੋਲ ਇੱਕ ਵੈਲਿਡ ਲਾਈਸੈਂਸ ਹੈ ਜਿਹੜਾ ਇਸ ਚੀਜ਼ ਨੂੰ ਸੇਲ ਕਰ ਸਕਦਾ ਔਰ ਉਹਦੀ ਕੋਲ ਐਫਐਸਸੀ ਲਾਈਸੈਂਸ ਵੀ ਹੋਊਗਾ। ਸੋ ਕਦੀ ਵੀ ਆਨਲਾਈਨ ਪਰਚੇਜ਼ ਨਾ ਕਰੋ ਕਿਉਂਕਿ ਆਨਲਾਈਨ ਤੁਸੀਂ ਸਸਤੇ ਦੇ ਚੱਕਰ 'ਚ ਪਰਚੇਜ਼ ਕਰ ਲਓਗੇ ਬਟ ਇਹਦੇ ਲਈ ਕਿਉਂਕਿ ਆਨਲਾਈਨ ਪਰਚੇਜ਼ ਕਰਕੇ ਤੁਸੀਂ ਬਿਨਾਂ ਗਾਈਡੈਂਸ ਤੋਂ ਕੁਛ ਨਹੀਂ ਕਰ ਸਕਦੇ, ਹਰਬਲ ਲਾਈਫ ਵਿਦਾਊਟ ਕੋਚ ਕੁਛ ਵੀ ਨਹੀਂ ਹੈਗੀ। ਸੋ ਜਿੱਦਾਂ ਤੁਸੀਂ ਡੱਬੇ ਲੈ ਲਓ ਖਾ ਲਏ ਤੋ ਸੇਮ ਉਦਾਂ ਹੀ ਹੈ। ਸੋ ਤੁਸੀਂ ਜੇ ਆਪਣੇ ਪੈਸੇ ਬਰਬਾਦ ਨਹੀਂ ਕਰਦੇ ਜ਼ਰੂਰ ਇੱਕ ਕੋਚ ਦੇ ਥਰੂ ਹੀ ਇਹਨੂੰ ਯੂਜ਼ ਕਰੋ। ਥੈਂਕ ਯੂ ਮੈਮ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਔਰ ਮੈਂ ਪੁਨੀਤ ਵੀਰ ਜੀ ਨੂੰ ਦੱਸਣਾ ਚਾਹਾਂਗੀ ਕਿ ਪੀਐਨਬੀ ਮੈਟ ਲਾਈਫ ਵੱਲੋਂ ਪੌਦਿਆਂ ਦੀ ਸੇਵਾ ਇਹਨਾਂ ਨੇ ਨਿਭਾਈ ਹੈ ਇਸ ਵਾਰ, ਇਹ ਸਾਰੇ ਪੌਦੇ ਦੇ ਰਹੇ ਨੇ ਸਾਨੂੰ ਔਰ ਸਾਡੇ ਯਸ਼ਪਾਲ ਸਿੰਘ ਜੀ ਉਹਨਾਂ ਵੱਲੋਂ ਵੀ ਪੌਦਿਆਂ ਦੀ ਸੇਵਾ ਨਿਭਾਈ ਗਈ ਹੈ। ਥੈਂਕ ਯੂ ਬਹੁਤ ਬਹੁਤ ਸਾਡੇ ਯੂਟਿਊਬ ਵਲੌਗਰ ਜਿਹੜੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ, ਮੇਰੇ ਹਸਬੈਂਡ ਅਮਿਤਾ ਧਾਲੀਵਾਲ ਜੋ ਕਿ ਪੰਜਾਬੀ ਸਿੰਗਰ ਨੇ ਔਰ ਮੈਂ ਬਿਜ਼ਨਸ ਵੂਮੈਨ ਹਾਂ। ਸੋ ਸਾਡੀ ਸ਼ੀ ਕਲੈਕਸ਼ਨ ਦੇ ਨਾਮ ਤੋਂ ਅਸੀਂ ਸ਼ੋਪ ਰਨ ਕਰਦੇ ਹਾਂ ਜਿੱਥੇ ਲੇਡੀਜ਼ ਅੰਡਰ ਗਾਰਮੈਂਟਸ ਦੀ ਟੋਟਲ ਵਰਾਇਟੀ ਹੈ। ਸੋ ਮੈਂ ਧੰਨਵਾਦ ਕਰਦੀ ਹਾਂ ਸਾਡੇ ਜੱਜਿਸ ਜੋ ਕਿ ਲੁਧਿਆਣਾ ਤੋਂ ਨਵਨੀਤ ਕੌਰ ਅਤੇ ਉਹਨਾਂ ਦੇ ਮੰਮੀ ਜਸਵਿੰਦਰ ਕੌਰ
ਔਰ ਸਾਡੇ ਨਾਲ ਮਿਸਿਸ ਯਸ਼ਪਾਲ ਸਿੰਘ ਉਹ ਵੀ ਸਾਡੇ ਵਿੱਚ ਮੌਜੂਦ ਨੇ। ਸਾਡੇ ਮੁੱਖ ਮਹਿਮਾਨ ਸੀਗੇ ਪੁਨੀਤ ਵਰਮਾ PNB ਮੈਨੇਜਰ, ਤੇ ਸਾਡੇ ਬਹੁਤ ਹੀ ਵਧੀਆ ਪੰਜਾਬ ਪੁਲਿਸ ਤੋਂ ਗੁਰਸ਼ਰਨ ਐਂਡ ਕੁਲਜੀਤ ਮੇਰੇ ਬਹੁਤ ਹੀ ਅੱਛੀ ਫਰੈਂਡਸ ਨੇ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ, ਮਨਪ੍ਰੀਤ, ਹਰਸ਼, ਸਾਰਿਆਂ ਦਾ ਧੰਨਵਾਦ ਹੈ। ਤੇ ਮੈਂ ਚਾਹੁੰਦੀ ਹਾਂ ਅਸੀਂ ਏਦਾਂ ਦੇ ਪ੍ਰੋਗਰਾਮ ਅੱਗੇ ਵੀ ਆਰਗਨਾਈਜ਼ ਕਰਦੇ ਰਹਾਂਗੇ। ਪ੍ਰੋਗਰਾਮ ਸੀਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਵੱਧ ਤੋਂ ਵੱਧ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਵਧੀਆ ਕਰੀਏ। ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਬਹੁਤ ਅੱਛਾ ਮਾਹੌਲ ਬਣਿਆ। ਹਾਂਜੀ, ਬਹੁਤ ਅੱਛੇ ਸੋਹਣੇ ਸੋਹਣੇ ਚਿਹਰਿਆਂ ਨੇ ਡਾਂਸ ਕੀਤਾ। ਤੇ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਦੱਸ ਦਿਓ ਕਿਸੇ ਕੋਈ ਟਾਈਟ ਕਰਨਾ ਅੱਗੇ ਤੁਹਾਨੂੰ ਪ੍ਰੋਗਰਾਮ। 9646502372 8559048262। ਚਲੋ ਜੀ, ਆਪਾਂ ਹੁਣ ਘਰੇ ਆ ਗਏ ਤੀਜੇ ਤਿਉਹਾਰ ਤੋਂ, ਤੇ ਆਪਾਂ ਤੁਹਾਨੂੰ ਆ ਵੀ ਦਿਖਾਉਂਦੇ ਹਾਂ ਆਪਣਾ ਮਕਾਨ ਤਿਆਰ ਹੋ ਰਿਹਾ ਪਿੱਛੇ, ਤੇ ਬਾਹਰ ਆਪਣਾ ਵਹੀਕਲ ਵਹੀਕਲ ਖੜੇ, ਤੇ ਸਾਹਮਣੇ ਉਸ ਸਾਈਡ ਆਪਣਾ ਪਲਾਟ ਵੀ ਹੈਗਾ ਖੰਬੇ ਬਿਲਕੁਲ ਸਵਿੱਚ, ਤੇ ਹੁਣ ਮੈਂ ਫਿਲਹਾਲ ਜਾਂਦਾ ਪਿਆ ਦੁਕਾਨ ਤੇ। ਤੇ ਇਸ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ, ਤੇ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ 'ਚ। ਥੈਂਕ ਯੂ ਸੋ ਮਚ ਜਿਹੜਾ ਬੰਦਾ ਹਜੇ ਤੱਕ ਇਹ ਵਲੋਗ ਦੇਖ ਰਿਹਾ, ਤੇ ਅਸੀਂ ਸਪੋਰਟ ਕਰਦੇ ਰਹੋ, ਤੋ ਵਲੋਗ ਨੂੰ ਸ਼ੇਅਰ ਕਰ ਦਿਓ, ਲਾਈਕ, ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੋ ਨਵੇਂ ਆਏ ਇਸ 'ਤੇ। ਤੇ ਬਾਏ ਬਾਏ, ਟੇਕ ਕੇਅਰ, ਸਾਨੂੰ ਮਿਲਦੇ ਨੈਕਸਟ ਵਲੋਗ 'ਚ।